क्यों गिला सानू शब्दों से आ कुछ दिन की गल है दफ्तर के इन्हों मिले असी अनऑफिशियल गल सी मैं पूछ बैठा कि महा जी सर तुम फिर पेंशन बारे की कर रहे हो इन्होंने अपने शब्द ने नोट कर लेने फिर जो कोई खड़ा इन्हों का जेडे इन्हों पैरोकार है सारे वो नोट कर लेना ये कहते भी पेंशन का मुश्किल है जिड़ी गल का नोट्स लिया गया ये कहते पेंशन मुश्किल है ये तो उन्होंने राज्यों का ही बुरा हाल हो जी इन्होंने पेंशन लागू की है जिम्मे हिमाचल ने की है मतलब बाकियों ने भी हटा के तुले हुए हैं भी वह भी रद्द कर दो दसो भी जे इस तरह के शब्द साढ़े चुने हुए नुमाइंदों के मूहों निकल तो असं वह नोट्स ना लीए तो फिर असं घर बैठ के रजाइया लेके मतलब रजाई का निक माने लीए ठीक है वो गल होनी चाहिए फिर कि साढ़े मूँह बंद किए जाते हैं असं आए इतने बैरीगेटा से सानू रोकया जाता है इस तो पहला चार दिन हो गए आप प्रेस के अपना बयान दिते मेरे काम जी तामगोट के नाते गुरप्रीत देरवाल के नाते लगे सारे साथी नाल सी कि भाई असं आवे तो फर्ज बनता सी इस प्रधान का भी भाई आओ की गल कहदे बस धरना दें असं तो धरना लगन नहीं सी ना असं तो उन्होंने तुम्हें कहा कि साड़ी सरकार को धरना नहीं लगेगा पर जान बुझ के इन्हें धरना लवाया चलो चंगी गल है जो धरना लवाया इन्हों का पंजाब कर उच्चा किया धन्यवाद करना चाहिए पूरे हल्के इन्हों का कद उच्चा होया पूरे पंजाब का भी पता लगू कि बुद्ध राम ये कोई शह है ने दूजी गल एक पेंशन बंद करने वाला बंदा खुद पेंशन ले रहा है खुद पुरानी पेंशन ले रहा है पेंशन बंद कर रहा है यह तो वड्डी कमेटी जिवें रवीश कुमार कहता यह तो वड्डी कमेटी की हो सकती यह तो वड्डी कमेटी की हो कि पेंशन लैण वाला बंदा दूजे की पेंशन बंद कर रहा बहुत रोस है मुलाजमान के एवें ना समझ लो पंजाब कोई राजस्थान नहीं है पंजाब के सारे हल्के जलंधर नहीं है भी तुम आपकी मतलब धक्के जित जाओगे थानू इन्हों गलिया च गुजरना पैना ਤੁਹਾਨੂੰ ਆਹ ਲੋਕਾਂ ਦੇ ਮੱਥੇ ਲੱਗਣਾ ਪੈਣਾ ਆਹ ਕਰੀਮ ਬੈਠੀ ਹੈ ਪੂਰੇ ਮਾਨਸਾ ਦੀ ਪੂਰੇ ਮਾਨਸਾ ਦੀ ਕਰੀਮ ਬੈਠੀ ਹੈ ਸਮਾਜ ਸੇਵਕ ਬੈਠੇ ਨੇ ਤੁਹਾਡੇ ਖਿਲਾਫ਼ ਹੀ ਮੁਹਿੰਮ ਬਿੱਟੀ ਜਾਊਗੀ ਹਜੇ ਤੱਕ ਬਿੱਟੀ ਨਹੀਂ ਅਸੀਂ ਵੀ ਬੜੇ ਸਾਡੇ ਮਨ ਦੇ ਵਿੱਚ ਚਾਅ ਸੀ ਮਲਾਰ ਸੀ ਵੀ ਸਾਡੀ ਸਰਕਾਰ ਆ ਗਈ ਹੈ ਐਵੇਂ ਧਰਨੇ ਲਾਈ ਜਾਂਦੇ ਸੀ ਐਵੇਂ ਅਕਾਲੀਆਂ ਵਾਲੇ ਤੁਰੇ ਫਿਰਦੇ ਸੀ ਐਵੇਂ ਕਾਂਗਰਸੀਆਂ ਵਾਲੇ ਤੁਰੇ ਫਿਰਦੇ ਸੀ ਸਾਡੀ ਸਰਕਾਰ ਆ ਗਈ ਹੈ ਹੁਣ ਨਜ਼ਾਰਾ ਆ ਜੂ ਧਰਨੇ ਲਾਉਣ ਦੀ ਲੋੜ ਹੀ ਨਹੀਂ ਪੈਣੀ ਹੁਣ ਮੌਜ ਨਾ ਘਰ ਦੇ ਕੰਮ ਕਰਿਆ ਕਰਾਂਗੇ ਬਦਨਾਮ ਹੋਏ ਤੁਸੀਂ ਧਰਨੇ ਨਾਲ ਆ ਕੇ ਅਗਲਾ ਕਹਿੰਦਾ ਇਹਨਾਂ ਦਾ ਕੰਮ ਹੀ ਹੈ ਧਰਨੇ ਪਰ ਵੱਧ ਗਿਆ ਕੰਮ ਧਰਨੇ ਵੱਧ ਲਾਉਣੇ ਪੈ ਰਹੇ ਨੇ ਇਹ ਕੋਈ ਇਹ ਡੈਮੋਕ੍ਰੇਸੀ ਨਹੀਂ ਹੈ ਕਿਸੇ ਦੀ ਆਵਾਜ਼ ਨੂੰ ਦੱਬਣਾ ਦੂਜੀ ਗੱਲ ਸਾਡੇ ਵਿੱਚ ਕੱਚੇ ਅਧਿਆਪਕ ਬੈਠੇ ਨੇ ਵਿਚਾਰੇ ਸੱਤ ਸੱਤ ਮਹੀਨੇ ਬੈਠ ਕੇ ਆ ਗਏ ਬਾਕੀ ਸਰਕਾਰਾਂ ਹੈਗੀਆਂ ਸੀ ਬੇਈਮਾਨ ਹੈਗੀਆਂ ਸੀ ਵਿੱਤੀ ਤੌਰ ਤੇ ਬੇਈਮਾਨ ਸੀ ਉਹ ਪੈਸੇ ਦੇ ਕੇ ਰਾਜੀ ਨਹੀਂ ਸੀ ਸ਼ੋਸ਼ਣ ਕਰਕੇ ਰਾਜੀ ਸੀ ਪਰ ਇਹ ਸਰਕਾਰ ਨਾਲ ਦੇ ਨਾਲ ਨਿਰਦਈ ਸਰਕਾਰ ਹੈ ਨਿਰਦਈ ਨਿਰਦਈ ਸਰਕਾਰ ਉਹ ਹੁੰਦੀ ਹੈ ਜਿਹਨੂੰ ਦਰਦ ਹੀ ਨਹੀਂ ਹੁੰਦਾ ਕੋਈ ਮਰੀ ਜਾਵੇ ਕੋਈ ਖਾਪੀ ਜਾਵੇ ਕੋਈ ਡਿੱਗੀ ਜਾਵੇ ਕੋਈ ਉਲਝੀ ਜਾਵੇ ਕੋਈ ਦਰਦ ਨਹੀਂ ਹੋ ਰਿਹਾ ਇਹਨਾਂ ਨੂੰ ਸੱਤ ਮਹੀਨੇ ਸਾਥੀ ਟੈਂਕੀ 'ਤੇ ਲਗਾਤਾਰ ਬੈਠੇ ਨੇ ਮਹਿਸੂਸ ਕਰਕੇ ਦੇਖੋ ਯਾਰ ਮੈਂ ਤਾਂ ਫੋਨ ਕਰਨ ਨੂੰ ਹੱਟ ਗਿਆ ਸੀ ਵੀ ਯਾਰ ਮੈਂ ਕਿਹੜੇ ਮੂੰਹ ਨਾਲ ਫੋਨ ਕਰਾਂ ਉਹਨਾਂ ਨੂੰ ਵਿਚਾਰੇ ਕਿੰਨੇ ਕਿੰਨੀ ਧੁੱਪ ਦੇ ਵਿੱਚ ਬੈਠੇ ਹੋਣਗੇ ਉਹ ਕਿੰਨੇ ਠੰਡ ਦੇ ਵਿੱਚ ਬੈਠੇ ਹੋਣਗੇ ਮਹਿਸੂਸ ਹੁੰਦਾ ਸੀ ਸੋ ਇਸ ਤਰ੍ਹਾਂ ਦੇ ਨਿਜ਼ਾਮ ਦੇ ਵਿੱਚ ਅਸੀਂ ਗੁਜ਼ਰ ਰਹੇ ਹਾਂ ਬੁੱਧ ਰਾਮ ਜੀ ਪ੍ਰਿੰਸੀਪਲ ਰਹੇ ਨੇ ਕਿੰਨੇ ਬੰਦੇ ਉਹਨਾਂ ਤੋਂ ਇੱਥੇ ਪੜ੍ਹੇ ਹੋਣਗੇ ਚੇਲੇ ਬੈਠੇ ਹੋਣਗੇ ਪੜ੍ਹਾਇਆ ਹੋਊ ਬਹੁਤ ਉਹਨੂੰ ਬਹੁਤ ਉਹਨਾਂ ਨੇ ਇੱਥੇ ਬੈਠੇ ਹੋਣਗੇ ਅਤੇ ਗੁਰੂ ਯਾਰ ਪੁਰਾਣੀ ਪੈਨਸ਼ਨ ਲੈ ਰਹੇ ਹੈ ਚੇਲੇ ਇੱਥੇ ਧੁੱਪੇ ਬੈਠੇ ਨੇ ਦੇਖੋ ਆਪਣੇ ਚੇਲਿਆਂ ਨੂੰ ਕਹਿੰਦਾ ਵੀ ਤੁਹਾਨੂੰ ਪੈਨਸ਼ਨ ਦੀ ਲੋੜ ਨਹੀਂ ਤੁਸੀਂ ਮੌਜ ਕਰੋ ਤੁਹਾਨੂੰ 1500 ਆਪਾਂ ਪੈਨਸ਼ਨ ਦੇਵਾਂਗੇ ਅਤੇ ਅਸੀਂ ਲਵਾਂਗੇ 70-70 ਹਜ਼ਾਰ ਪੈਨਸ਼ਨਾਂ ਪ੍ਰਿੰਸੀਪਲ ਦੀਆਂ ਅੱਡ ਲਵਾਂਗੇ ਤਾਂ ਜਿਹੜੇ ਆਹ ਹੁਣ ਜਿੱਤੇ ਆ ਇਹਨਾਂ ਦੀਆਂ ਪੈਨਸ਼ਨਾਂ ਅਸੀਂ ਅੱਡ ਲਵਾਂਗੇ ਇਹ ਤੋਂ ਵੱਡੀ ਕੋਈ ਮੀਡੀ ਹੈ ਬਹੁਤ ਬੁਰਾ ਹਾਲ ਹੋਣ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਆਹ ਜਿੰਨੇ ਬੈਠੇ ਨੇ ਸਾਰੇ ਇਹ ਸਾਰੇ ਕੋਈ ਵਰਕਰ ਬਣ ਕੇ ਨਹੀਂ ਆਏ ਇੱਥੇ ਇਹ ਸਾਰੇ ਪ੍ਰਧਾਨ ਨੇ ਸਾਰੇ ਸਾਰੇ ਪ੍ਰਧਾਨ ਅੱਜ ਤਾਂ ਸਿਰਫ ਟ੍ਰੇਲਰ ਹੈ ਇਹ ਅਸੀਂ ਤੁਹਾਨੂੰ ਟ੍ਰੇਲਰ ਦਿਖਾਉਣ ਵਾਸਤੇ ਐਂ ਵੀ ਚੈੱਕ ਕਰ ਲਓ
ਆਹ ਬੰਦੇ ਜਿਹੜੇ ਹੈਗੇ ਨੇ ਛੁਰੀਆਂ ਨੇ, ਇਹ ਰੁਕਦੇ ਰੱਖਦੇ ਨੀ ਕਿਤੇ ਹੈਗੇ। ਇਹ ਸਾਰੇ ਪ੍ਰਧਾਨ ਨੇ 25 ਤਰੀਕ ਨੂੰ ਕੰਪੇਨ ਕਰਨੀ ਆ ਪ੍ਰਧਾਨ ਨੂੰ ਸਾਰਿਆਂ ਨੇ 25 ਤਰੀਕ ਵਾਸਤੇ। ਇਕੱਲੇ ਇਕੱਲੇ ਬੰਦੇ ਡਾਇਰੀਆਂ ਲਾ ਲਓ, ਨੋਟ ਕਰ ਲਓ, ਬਹੀਰਾ ਕੱਟ ਦੋ ਸੰਗਰੂਰ ਵੱਲ ਨੂੰ। ਔਰ ਇਹਨਾਂ ਦੇ ਜ਼ਰੀਏ ਅਸੀਂ ਅੱਜ ਇਹ ਆਪਦੀ ਆਵਾਜ਼ ਇੱਥੇ ਕਹਿ ਕੇ ਚੱਲੇ ਹਾਂ ਵੀ ਅੱਜ ਵੀ ਮੁੱਖ ਮੰਤਰੀ ਦੇ ਕੰਨ ਖਿੱਚ ਦਿਓ। ਹੁਣ ਮੀਟਿੰਗ ਮਿਲੀ ਆਪਾਂ ਨੂੰ, 22 ਤਰੀਕ ਦੀ ਮੀਟਿੰਗ ਆਈ ਪੀ ਹੈ, ਗਰੁੱਪਾਂ 'ਚ ਸ਼ੇਅਰ ਕੀਤੀ ਹੈ ਵੀ ਆਓ ਜੀ ਮੁੱਖ ਮੰਤਰੀ ਦੀ ਰਹਾਇਸ਼ੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ 22 ਤਰੀਕ ਨੂੰ ਮੀਟਿੰਗ ਹੋਊਗੀ ਮੁੱਖ ਮੰਤਰੀ ਦੀ ਰਹਾਇਸ਼ 'ਤੇ। ਮੁੱਖ ਮੰਤਰੀ ਦੀ ਰਹਾਇਸ਼ 'ਤੇ ਹੋਊਗੀ, ਮੁੱਖ ਮੰਤਰੀ ਨਾਲ ਨਹੀਂ ਹੋਊਗੀ, ਮੁੱਖ ਮੰਤਰੀ ਨਾਲ ਕੋਈ ਗੱਲ ਨਹੀਂ ਹੁੰਦੀ। ਉੱਥੇ ਉਹਨਾਂ ਨੇ OSD ਬਿਠਾਏ ਹੁੰਦੇ ਨੇ, ਉਹਨਾਂ ਨਾਲ ਗੱਲ ਕਰ ਲਓ, ਹਾਂ ਜੀ ਕੋਈ ਨਹੀਂ ਜੀ ਕਰ ਰਿਹਾ ਜੀ, ਕੋਈ ਗੱਲ ਨਹੀਂ, ਓਕੇ ਜੀ ਕੰਮ। ਰਹਾਇਸ਼ 'ਤੇ ਮੁੱਖ ਮੰਤਰੀ ਦੀ ਮੀਟਿੰਗ ਹੋ ਰਹੀ ਹੈ, ਮੀਟਿੰਗ ਕੋਈ ਹੋਰ ਕਰ ਰਿਹਾ। ਅਸੀਂ ਕਹਿੰਦੇ ਹਾਂ ਵੀ ਇੱਥੋਂ ਹੁਣ ਅਸੀਂ ਚੈਲੰਜ ਕਰਦੇ ਹਾਂ ਇਹਨਾਂ ਨੂੰ ਅਸੀਂ ਆਪਣੇ ਵੱਲੋਂ ਇਹ ਧਾਰਨਾ ਕਰਦੇ ਹਾਂ ਵੀ ਜੇ ਤੁਹਾਨੂੰ ਦਰਦ ਹੈ ਸਾਡੇ ਨਾਲ, ਜੇ ਤੁਹਾਨੂੰ ਲੱਗਦਾ ਵੀ ਹਾਂ ਸਾਡੀ ਗੱਲ ਜਾਇਜ਼ ਹੈ ਤਾਂ ਤੁਸੀਂ ਸਾਡੀ ਗੱਲ, ਅਸੀਂ ਕੀ ਲੈਣਾ ਹੈ, ਅਸੀਂ 15-25 ਤਰੀਕ ਦੀ ਰੈਲੀ ਕਰਕੇ ਵੀ ਅਸੀਂ ਕੀ ਕਰਨਾ ਸੀ, 22 ਤਰੀਕ ਨੂੰ ਮੀਟਿੰਗ ਕਰਕੇ ਸਾਨੂੰ ਬੜਾ ਸ਼ੌਕ ਹੈ ਮੁੱਖ ਮੰਤਰੀ ਨਾਲ ਫੋਟੋ ਲਾਉਣ ਦਾ ਵੀ ਉੱਥੇ ਬੈਠ ਕੇ ਅਸੀਂ ਫੋਟੋ ਲਾਵਾਂਗੇ ਜੀ, ਫਿਰ ਅਸੀਂ ਪੂਰੇ ਪੰਜਾਬ ਡਿਸਪਲੇ ਕਰਾਂਗੇ ਵੀ ਦੇਖੋ ਜੀ ਸਾਡੀ ਮੁੱਖ ਮੰਤਰੀ ਨਾਲ ਫੋਟੋ।